ਉਰਤਾਰ ਜੋ ਅੰਤਰਨਾਮ ਸਰਬ ਮੈਂ ਪੇਖੈ ਭਗਵਾਨ। ਸਲੋਕ ਉਚਾਰਨ ਕਰਦੇ ਨੇ ਜੋ ਆਪਣੇ ਹਿਰਦੇ ਅੰਦਰ ਨਾਮ ਨੂੰ ਧਾਰਨ ਕਰਦਾ, ਵਸਾਉਂਦਾ, ਨਾਮ ਨੂੰ ਹਿਰਦੇ ਦੇ ਅੰਦਰ ਵਸਾ ਕੇ ਅਤੇ ਸਾਰਿਆਂ ਜੀਵਾਂ ਵਿੱਚ ਅਕਾਲ ਪੁਰਖ ਨੂੰ ਫਿਰ ਪਰਿਪੂਰਨ ਵੇਖਦਾ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਇਹ ਦੋ ਕਰਮ ਆਪਾਂ ਕਰਨੇ ਨੇ ਕਿ ਪਹਿਲਾਂ ਤਾਂ ਹਿਰਦੇ ਦੇ ਅੰਦਰ ਹੌਲੀ ਹੌਲੀ ਨਾਮ ਨੂੰ ਵਾਸਾ ਦੇਣਾ। ਸੋ ਜੇ ਨਾਮ ਦਾ ਵਾਸਾ ਹਿਰਦੇ ਦੇ ਅੰਦਰ ਹੁੰਦਾ, ਇਹ ਮਹਾਰਾਜ ਨੇ ਜਿਵੇਂ ਬਚਨ ਕੀਤਾ, ਰਸਨਾ ਗੁਣ ਗੋਪਾਲ ਨਿਧ ਗਾਇਨ, ਰੋਟੀ ਜ਼ੁਬਾਨ ਦੇ ਉੱਤੇ ਰੱਖ ਕੇ ਖਾਂਦੇ ਅੰਦਰ ਚਲੀ ਜਾਂਦੀ, ਅੰਦਰਲੀ ਕਿਰਿਆ ਵਾਹਿਗੁਰੂ ਜਾਣੇ ਕਿਵੇਂ ਉਹਦਾ ਖੂਨ ਬਣ ਜਾਂਦਾ, ਕਿਵੇਂ ਕਿਰਿਆਵਾਂ ਹੋ ਜਾਂਦੀਆਂ ਨੇ ਸਰੀਰ ਦੇ ਅੰਦਰ। ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ, ਕੱਚੇ ਭਾਂਡੇ ਅੰਦਰ ਜੋਤ ਰੱਖ ਕੇ ਕੱਚੇ ਭਾਂਡੇ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਚਲਾਈ ਜਾ ਰਹੇ ਨੇ। ਕਿਵੇਂ ਕੱਚੇ ਭਾਂਡੇ 'ਚ ਰੋਟੀ ਪਾ ਦੇਈਦੀ ਹੈ, ਇਹ ਮਾਸ ਦਾ ਲੋਥੜਾ ਸਰੀਰ, ਰੋਟੀ ਇਹਦੇ ਅੰਦਰ ਆਪਣੇ ਆਪ ਹੀ ਕਿਰਿਆ ਕਰਦੀ ਹੈ। ਇਹ ਜਿਹੜੀ ਕਿਰਿਆ ਇਹ ਪਰਮੇਸ਼ੁਰ ਦੀ ਸੱਤਾ ਨਾਲ ਹੀ ਚੱਲਦੀ। ਇਸੇ ਤਰ੍ਹਾਂ ਹੀ ਵਾਹਿਗੁਰੂ ਮੰਤਰ ਦਾ ਅਭਿਆਸ, ਮੂਲ ਮੰਤਰ ਗਾਉਣਾ, ਜ਼ੁਬਾਨ ਦੇ ਨਾਲ ਪੜ੍ਹਨਾ, ਬਾਣੀ ਪੜ੍ਹਨੀ, ਕੀਰਤਨ ਕਰਨਾ, ਕਥਾ ਕਰਨੀ, ਜ਼ੁਬਾਨ ਦੇ ਉੱਤੇ ਰੱਖ ਕੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਕੇ ਹਿਰਦੇ ਵੱਲ ਨੂੰ ਲੈ ਕੇ ਜਾਣਾ, ਹਿਰਦੇ ਵਿੱਚ ਧਾਰਨ ਕਰਨਾ। ਉਰਧਾਰ ਹੈ ਜੋ ਅੰਤਰਨਾਮ, ਜਿਹੜਾ ਹਿਰਦੇ ਅੰਦਰ ਨਾਮ ਨੂੰ ਧਾਰਨ ਕਰਦਾ ਹੈ, ਕੁਦਰਤੀ ਹੈ ਕਿ ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ। ਕਿਉਂਕਿ ਜਦੋਂ ਹਿਰਦੇ 'ਚ ਨਾਮ ਪ੍ਰਕਾਸ਼ਮਾਨ ਹੋਇਆ, ਸਰਬ ਮੈਂ ਪੇਖਾ ਭਗਵਾਨ, ਉਹ ਸਾਰਿਆਂ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਪਰਿਪੂਰਨ ਦੇਖਣ ਲੱਗ ਜਾਂਦਾ। ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਪਾਠ ਦੀ ਸ਼ੁੱਧੀ ਵਿੱਚ ਅਪਰਸ ਪਾਠ, ਆਮ ਤੌਰ 'ਤੇ ਜਦੋਂ ਸੁਖਮਨੀ ਸਾਹਿਬ ਦਾ ਕੋਈ ਪਾਠ ਕਰਦਾ ਹੈ ਉਦੋਂ ਅਪਰਸ ਪਾਠ ਕਈ ਬਹੁਤ ਸਾਰੇ ਐਸੇ ਲੋਕ ਪੜ੍ਹ ਜਾਂਦੇ ਨੇ, ਤਾਂ ਅਪਰਸ ਪਾਠ ਦੀ ਬਜਾਏ ਅਪਰਸ। ਸੋ ਐਸੇ ਲੋਕ ਜੋ ਆਪਣੇ ਆਪ ਨੂੰ ਅਪਰਸ ਕਹਾਉਂਦੇ ਨੇ ਕਿ ਮੈਂ ਤਾਂ ਕਿਸੇ ਨਾਲ ਜੋ ਅਪਰਸ ਹਾਂ, ਭਾਵ ਕਿਸੇ ਨਾਲ ਨਾ ਲੱਗਣਾ, ਕੱਪੜੇ ਨਾਲ ਕੱਪੜਾ ਵੀ ਲੱਗ ਗਿਆ ਕਿਸੇ ਦੇ ਤਾਂ ਕਹਿੰਦੇ ਮੈਲਾ ਹੋ ਗਿਆ, ਪਿੱਟਿਆ ਗਿਆ। ਪਰ ਮਹਾਰਾਜ ਕਹਿੰਦੇ ਅਸਲ ਅਪਰਸ ਉਹ ਹੁੰਦਾ ਜੋ ਨਿਰਲੇਪਤਾ ਰੱਖੇ ਮਾਇਆ ਵੱਲੋਂ, ਜਿਹਦੇ ਹਿਰਦੇ 'ਚ ਨਾਮ ਵਸਿਆ, ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ, ਉਹਨੇ ਭਗਵਾਨ ਨੂੰ ਸਾਰੇ ਹਿਰਦੇ 'ਚ ਹਰੇਕ ਥਾਂ 'ਤੇ ਦੇਖਿਆ, ਉਹਨੂੰ ਹਰ ਪਾਸੇ ਹੀ ਨਮਸਕਾਰ ਕਰਦਾ ਨਜ਼ਰ ਆਉਂਦਾ। ਆਪਾਂ ਕਹਿੰਦੇ ਐਵੇਂ ਹੱਥ ਜੋੜੀ ਜਾਂਦਾ। ਕਈ ਬੰਦਿਆਂ ਬਾਰੇ ਜ਼ਿਕਰ ਆਇਆ, ਕਈ ਵਾਰ ਹੰਸਾਲੀ ਮਹਾਂਪੁਰਸ਼ਾਂ ਕੋਲ ਚਲੇ ਗਏ, ਉਹ ਕੀ ਕਰਦੇ ਸੀ, ਪਹਿਲਾਂ ਬੈਠੇ ਬੈਠੇ ਹੱਥ ਜੋੜ ਕੇ ਹੱਸਣ ਲੱਗ ਜਾਂਦੇ, ਕਦੇ ਬੈਠ ਕੇ ਹੱਥ ਜੋੜ ਕੇ, ਫਿਰ ਸਿਰ ਝੁਕਾ ਦੇਣਾ, ਫਿਰ ਸਿਰ ਝੁਕਾ ਦੇਣਾ। ਕਿੰਨੇ ਹੀ ਸਾਲ ਮੈਨੂੰ ਸਮਝਣ ਲੱਗੀ ਹੈ ਕੀ ਕਰੀ ਜਾਂਦੇ। ਮੇਰੇ ਨਾਲ ਇੱਕ ਅਭਿਆਸੀ ਚਲਿਆ ਗਿਆ, ਬਹੁਤ ਤਕੜੀ ਅਵਸਥਾ ਦਾ ਮਾਲਕ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਇਹ ਹੱਥ ਜੋੜ ਕੇ ਹੱਸਦੇ ਨੇ, ਸਾਹਮਣੇ ਕੀ ਦਿਖਦਾ ਇਹਨਾਂ? ਉਹ ਕਹਿੰਦੇ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਜਦੋਂ ਦਰਸ਼ਨ ਹੁੰਦੇ ਨੇ, ਕਦੇ ਦਸਵੇਂ ਪਾਤਸ਼ਾਹ ਦਰਸ਼ਨ ਹੋ ਜਾਂਦੇ ਨੇ, ਉਹ ਫੁੱਲਾਂ ਦੀ ਵਰਖਾ ਕਰ ਦਿੰਦੇ ਨੇ, ਕਦੇ ਕੋਈ ਦੇਵੀ ਦੇਵਤਾ ਆ ਜਾਂਦਾ ਸਾਹਮਣੇ, ਕਦੇ ਕੋਈ ਮਹਾਤਮਾ, ਉਹ ਤੁਰੇ ਹੀ ਰਹਿੰਦੇ ਨੇ। ਬ੍ਰਹਮ ਗਿਆਨੀ ਦੇ ਕੋਲ ਸਭ ਕੁਝ ਤੁਰਿਆ ਰਹਿੰਦਾ, ਜਿਵੇਂ ਸੰਗਤ ਆਉਂਦੀ ਆ,
ਇਸੇ ਤਰ੍ਹਾਂ ਬ੍ਰਹਮ ਗਿਆਨੀ ਕੋਲ ਅਗੰਮੀ ਸੰਗਤ ਆਈ ਜਾਂਦੀ, ਇਹ ਉਹਨਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦੇ ਨੇ, ਨਾਲੇ ਨਮਸਕਾਰ ਕਰਦੇ, ਉਹ ਵੀ ਕਰਦੇ ਇਹ ਵੀ ਕਰ ਦਿੰਦੇ ਨੇ। ਕਿੰਨਿਆਂ ਸਾਲਾਂ ਤੋਂ ਬਾਅਦ ਇਸ ਗੱਲ ਦਾ ਗਿਆਨ ਹੋਇਆ ਜਾ ਕੇ, ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਉਹ ਨਮਸਕਾਰ ਹੀ ਕਰਦਾ ਹੈ। ਬ੍ਰਹਮ ਗਿਆਨੀ ਨਮਸਕਾਰ ਚਾਰੇ ਪਾਸੇ ਨੂੰ ਕਰੀ ਜਾਂਦਾ, ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ, ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲਿਆਂ ਦੇ ਸੇਵਾ 'ਚ ਹਾਜ਼ਰ ਸੀ, ਜੰਗਲ 'ਚ ਬੈਠਣਾ, ਮਰਾਲੇ ਮਹਾਂਪੁਰਖਾਂ ਨੇ ਜੰਗਲ 'ਚ ਬਹਿ ਕੇ ਸਮਾਧੀ ਲਾ ਲੈਣੀ। ਸੰਤ ਸੁੰਦਰ ਸਿੰਘ ਜੀ ਖਾਲਸਾ ਇੱਕ ਪਾਸੇ ਗੜਬਾ ਰੱਖ ਕੇ, ਗੜਬਈ ਹੁੰਦੇ ਸੀ ਉਦੋਂ, 101 ਜਪਜੀ ਸਾਹਿਬ ਇਹਨਾਂ ਨੇ ਵੀ ਕਰੀ ਜਾਣਾ। ਹੁਣ ਚਾਰੇ ਪਾਸੇ ਗੁਰੂ ਨਾਨਕ ਦੇਵ ਜੀ ਦਾ ਸਰੂਪ ਨਜ਼ਰ ਆਉਣ ਲੱਗ ਪਿਆ, ਹੁਣ ਸਾਰੇ ਪਾਸੇ ਨੇ ਮੱਥਾ ਟੇਕਦੇ ਨੇ, ਅਸਮਾਨ ਵੱਲ ਦੇਖਦੇ ਨੇ ਤਾਂ ਗੁਰੂ ਨਾਨਕ ਦੇਵ ਜੀ, ਧਰਤੀ ਵੱਲ ਗੁਰੂ ਨਾਨਕ ਦੇਵ ਜੀ, ਖੱਬੇ ਸੱਜੇ ਚਾਰੇ ਪਾਸੇ। ਸੋ ਉਸ ਵਕਤ ਫਿਰ ਪਤਾ ਲੱਗਿਆ ਕਿ ਬ੍ਰਹਮ ਗਿਆਨੀ ਚਾਰੇ ਪਾਸੇ ਨੂੰ ਨਮਸਕਾਰ ਕਿਉਂ ਕਰਦੇ ਨੇ। ਆ ਮਹਾਰਾਜ ਕਹਿੰਦੇ, ਨਾਨਕ ਉਹ ਅਪਰਸ ਸਗਲ ਨਿਸਤਾਰ ਹੈ, ਹਰੇਕ ਸਮੇਂ ਵਿੱਚ ਪਰਮਾਤਮਾ ਨੂੰ ਨਮਸਕਾਰ ਕਰਦਾ ਉਹ। ਸਤਿਗੁਰੂ ਫਰਮਾਉਂਦੇ ਨੇ ਉਹੀ ਅਪਰਸ ਮਹਾਤਮਾ ਸਾਰਿਆਂ ਨੂੰ ਤਾਰ ਲੈਂਦਾ, ਕਿਉਂਕਿ ਮਹਾਰਾਜ ਨੇ ਵਚਨ ਕੀਤਾ ਹੈ 253 ਅੰਗ ਤੇ 52 ਅੱਖਰੀ ਵਿੱਚ ਵੀ, ਨੰਗਾ ਖੱਟ ਸ਼ਾਸਤਰ ਹੋਈ ਗਿਆਤਾ, ਪੂਰਕ ਕੁੰਭ ਕਰੇਚਕ ਕਰਮਾਤਾ, ਗਿਆਨ ਧਿਆਨ ਤੀਰਥ ਇਸਨਾਨੀ, ਸੋਮ ਪਾਕ ਅਪਰਸ ਉਦਿਆਨੀ, ਰਾਮ ਨਾਮ ਸੰਗ ਮਨ ਨਹੀਂ ਹੇਤਾ, ਜੋ ਕਛ ਕੀਨੋ ਸੋ ਅਨੇਤਾ। ਸੋ ਨਿਰਹਾਰ ਵਰਤੀ ਅਪਰਸਾ, ਇੱਕ ਲੂਕ ਨਾ ਦੇਵੈ ਦਰਸਾ, ਇੱਕ ਮਨ ਹੀ ਗਿਆਤਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਅਸ਼ਟਪਦੀ, 8 ਪੌੜੀਆਂ ਹੁਣ ਫਰਮਾਉਣਗੇ ਕਿਰਪਾ ਕਰਕੇ। ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ। ਹੁਣ ਐਸੇ ਜੋ ਅਪਰਸ ਪੁਰਸ਼ ਨੇ ਉਹਨਾਂ ਦਾ ਜ਼ਿਕਰ ਕਰਦੇ ਨੇ, ਅਸਲ ਵਿੱਚ ਅਪਰਸ ਕੌਣ ਹੁੰਦੇ ਨੇ, ਜੋ ਜ਼ਬਾਨ ਨਾਲ ਝੂਠੇ ਬਚਨਾਂ ਨੂੰ ਨਹੀਂ ਪਰਸਦਾ ਉਚਾਰਦਾ, ਝੂਠ ਨੂੰ ਸਪਰਸ਼ ਹੀ ਨਹੀਂ ਕਰਦਾ। ਮਿਥਿਆ ਨਾਹੀ ਰਸਨਾ ਪਰਸ, ਰਸਨਾ ਨੂੰ ਝੂਠੇ ਬਚਨਾਂ ਨਾਲ ਛੋਣ ਹੀ ਨਹੀਂ ਦਿੰਦਾ, ਅਤੇ ਮਨ ਵਿੱਚ ਨਿਰੰਜਨ ਪਰਮਾਤਮਾ ਦੇ ਦਰਸ਼ਨ ਦੀ ਪ੍ਰੀਤੀ ਰੱਖਦਾ ਆਪਣੇ ਮਨ ਦੇ ਅੰਦਰ, ਕਿ ਵਾਹਿਗੁਰੂ ਦੇ ਦਰਸ਼ਨ ਹੋ ਜਾਣ ਬਸ। ਕਿਉਂਕਿ ਸੱਚ ਤੱਕ ਪਹੁੰਚਣ ਲਈ ਸੱਚ ਹੀ ਬੋਲਣਾ ਪੈਂਦਾ, ਸੱਚੇ ਨਾਮ ਨੂੰ ਬੋਲਣਾ ਅਤੇ ਸੱਚ ਤੱਕ ਜਾਣ ਲਈ ਸੱਚ ਹੀ ਬੋਲਣਾ। ਇਸੇ ਕਰਕੇ ਉਹ ਝੂਠ ਨੂੰ ਸਪਰਸ਼ ਨਹੀਂ ਕਰਦਾ, ਆਪਣੀਆਂ ਅੱਖਾਂ ਦੇ ਨਾਲ ਦਰਸ਼ਨਾਂ ਦੀ ਤਾਂਘ ਕਰਦਾ। ਜੋ ਅੱਖਾਂ ਨੇ ਇਹਨਾਂ ਨੂੰ ਸੋਚੀਆਂ ਰੱਖਣ ਦਾ ਯਤਨ ਕਰਦਾ, ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਸੋ ਪਰਾਏ ਰੂਪ ਦੇ ਸੁੰਦਰ ਰੂਪ ਨੂੰ ਜੋ ਵਿਸ਼ੇ ਭਾਵਨਾ ਕਰਕੇ ਪਰਾਇਆ ਰੂਪ ਅੱਖਾਂ ਨਾਲ ਨਹੀਂ ਦੇਖਦਾ, ਜਿਹਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਇੱਛਾ ਹੈ, ਉਹ ਇਹ ਗੱਲ ਕਹਿੰਦਾ ਕਿ ਮੈਂ ਅੱਖਾਂ ਵੀ ਆਪਣੀਆਂ ਸੁੱਚੀਆਂ ਰੱਖਣੀਆਂ, ਜੂਠੀਆਂ ਨਹੀਂ ਕਰਨੀਆਂ, ਜ਼ੁਬਾਨ ਵੀ ਨਹੀਂ ਜੂਠੀ ਕਰਨੀ। ਸੰਤਾਂ ਦੀ ਟਹਿਲ ਕਰਦਾ, ਸਾਧ ਕੀ ਟਹਿਲ ਸੰਤ ਸੰਗ ਹੇਤ, ਸਾਧੂਆਂ ਦੀ, ਸੰਤਾਂ ਦੀ, ਸਾਧ ਸੰਗਤ ਦੀ ਟਹਿਲ ਅਤੇ ਸੰਤਾਂ ਨਾਲ ਹੀ ਪ੍ਰੇਮ ਕਰਦਾ, ਕਿਉਂਕਿ ਮਾਰਗ ਹੀ ਉਹ ਹੈ ਸਾਡਾ, ਅਸੀਂ ਪ੍ਰਾਪਤੀ ਹੋਰ ਕੁਛ ਤਾਂ ਕਰਨੀ ਨਹੀਂ ਹੈ। ਜੇ ਮਾਇਆਵੀ ਪ੍ਰਾਪਤੀ ਕਰਨੀ ਹੈ ਫਿਰ ਮਾਇਆਵੀ ਬੰਦਿਆਂ ਨਾਲ ਮਿਲਦਾ ਇਨਸਾਨ, ਜਦੋਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤਾਂ ਪਰ ਪਰਮੇਸ਼ਰ ਦੇ ਪਿਆਰਿਆਂ ਨਾਲ ਹੀ ਮਿਲਾਪ ਕਰਦਾ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਮੰਦਾ। ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਦਾ, ਸਗੋਂ ਆਪਣੇ ਆਪ ਨੂੰ
ਸਾਰਿਆਂ ਤੋਂ ਮਾੜਾ ਸਮਝਦਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਖੋਏ, ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸੋ ਫਰਮਾਉਂਦੇ ਨੇ ਭਗਤ ਕਬੀਰ ਜੀ, ਨਿੰਦਕ ਕਾ ਫਿਟਕੇ ਸੰਸਾਰ, ਨਿੰਦਕ ਕਾ ਝੂਠਾ ਵਿਵਹਾਰ, ਨਿੰਦਕ ਕਾ ਮੈਲਾ ਆਚਾਰ, ਦਾਸ ਆਪਣੇ ਕੋ ਰਾਖਣਹਾਰ। ਸੋ ਇਸ ਤਰ੍ਹਾਂ ਆਪਣੇ ਦਾਸ ਕੋ ਕੰਠ ਲਗਾਵੈ, ਨਿੰਦਕ ਕੋ ਅਗਨ ਮੈਂ ਪਾਵੈ। ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ, ਗੁਰਾਂ ਦੀ ਕਿਰਪਾ ਨਾਲ ਵਿਸ਼ਿਆਂ ਨੂੰ ਪਰ ਹਰੈ ਤੋਂ ਭਾਵ ਦੂਰ ਤਿਆਗ ਦਿੰਦਾ, ਪਰ ਵਿਸ਼ੇਸ਼ ਕਰਕੇ ਹਰੈ ਤੋਂ ਭਾਵ ਨਾਸ ਕਰਦਾ। ਮਨ ਦੀਆਂ ਖੋਟੀਆਂ ਵਾਸਨਾਵਾਂ ਨੂੰ ਮਨ ਦੇ ਅੰਦਰੋਂ ਦੂਰ ਕਰ ਦਿੰਦਾ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਜੋ ਸਾਰੀਆਂ ਇੰਦਰੀਆਂ ਤੇ ਕਾਬੂ ਪਾ ਲੈਂਦਾ ਅਤੇ ਕਾਮ ਕ੍ਰੋਧ ਆਦਿਕ ਪੰਜਾਂ ਦੋਸ਼ਾਂ ਤੋਂ ਰਹਿਤ ਹੋ ਜਾਂਦਾ, ਐਸਾ ਪੁਰਸ਼ ਜੋ ਹੈ ਉਹ ਅਪਰਸ਼ ਕਹਾਉਣ ਦੇ ਲਾਇਕ ਕੋਈ ਕਰੋੜਾਂ ਵਿੱਚੋਂ ਇੱਕ ਹੁੰਦਾ। ਇਹ ਸੀ ਅਪਰਸ਼ਾਂ ਦੇ ਲੱਛਣ। ਇਹ ਨਹੀਂ ਹੁੰਦਾ ਕਿ ਫਲਾਨੇ ਨੇ ਮੇਰੀ ਰੋਟੀ ਦੇਖ ਲਈ ਉਹ ਖਰਾਬ ਹੋ ਗਈ, ਫਲਾਨੇ ਦੇ ਕੱਪੜੇ ਨਾਲ ਕੱਪੜਾ ਲੱਗ ਗਿਆ, ਮੇਰਾ ਕੱਪੜਾ ਪਿੱਟਿਆ ਗਿਆ। ਉਹ ਆਪਣੇ ਆਪ ਨੂੰ ਵੈਸੇ ਅਪਰਸ਼ ਕਹਾਉਂਦੇ, ਪਰ ਮਹਾਰਾਜ ਨੇ ਅਪਰਸ਼ ਦੱਸਿਆ ਕੌਣ ਹੈ।